ਇਹ ਨਾਤਾ ਦੇ ਅੰਦਰ 19 ਦਿਨ ਭਗੋੜਾ ਰਿਹਾ ਸੀ ਬੀ ਆਈ ਨੇ। ਮੈਂ ਸੀ ਬੀ ਆਈ ਦਾ ਅਜੇ ਵੀ ਕਹਿਣਾ ਰੋਲ ਜਿਹੜਾ ਠੀਕ ਨਹੀਂ ਹੈ। ਕਿਉਂ ਨਹੀਂ ਹੈ? ਇਹ ਉਹਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਹੋਇਆ, ਉਹ ਹਾਈਕੋਰਟ ਚਲਾ ਗਿਆ ਕਿ ਮੈਨੂੰ ਜ਼ਮਾਨਤ ਮਿਲ ਜਾਏ। ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰਤਾ, ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ, ਇੱਥੋਂ ਗੈਰ ਜ਼ਮਾਨਤੀ ਵਾਰੰਟ ਹੈ। ਸੀ ਬੀ ਆਈ ਨੇ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ, ਉਹਦੇ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ, ਉਹਨੂੰ ਕਿਉਂ ਨਹੀਂ ਰਿਮਾਂਡ 'ਤੇ ਲਿਆ? ਇਹ ਗੁਜਰਾਤ ਦੇ ਅੰਦਰ ਅਮਿਤ ਸ਼ਾਹ ਵਾਲਾ ਮਾਮਲਾ ਜਿਹੜਾ ਚੱਲ ਰਿਹਾ, ਸੀ ਬੀ ਆਈ ਬੜੀ ਐਕਟਿਵ ਹੈ ਉਹਦੇ ਅੰਦਰ, ਤੇ ਉਹਨੂੰ ਫੜਨਾ ਵੀ ਹੈ ਤੇ ਉਹਨੂੰ ਫੜ ਕੇ ਫਿਰ ਉਹਦੀ ਰਿਮਾਂਡ ਵੀ ਲੈਣੀ ਹੈ ਤੇ ਸਭ ਕੁਝ ਹੋ ਰਿਹਾ। ਤੇ ਹੁਣ ਤਾਂ ਇਹ ਵੀ ਡਿਮਾਂਡ ਕਾਂਗਰਸ ਵਾਲੇ ਕਰ ਰਹੇ ਆ, ਮੈਂ ਪਾਰਟੀ ਦਾ ਨਾਂ ਲੈ ਰਿਹਾ, ਮੈਨੂੰ ਲੈਣਾ ਪਏਗਾ ਕਿ ਬਈ ਉਹਨੂੰ ਪਾਰਟੀ 'ਚੋਂ ਕੱਢਿਆ ਜਾਏ। ਸੱਜਣ ਕੁਮਾਰ ਦੇ ਖਿਲਾਫ਼ ਕੇਸ ਦਰਜ ਹੋ ਗਿਆ, ਅਦਾਲਤ ਨੇ ਉਹਦੇ ਜਿਹੜੇ ਜਿਹੜੇ ਆਰੋਪ ਲੱਗੇ ਆ ਕਤਲ ਦੇ, ਲੋਕਾਂ ਨੂੰ ਭੜਕਾਉਣ ਦੇ, ਕਤਲੇਆਮ ਕਰਾਉਣ ਦੇ, ਉਹ ਕਬੂਲ ਕਰ ਲਏ, ਕਹਿੰਦੇ ਠੀਕ ਹੈ ਹੁਣ ਤੁਸੀਂ ਆਓ ਗਵਾਹੀਆਂ ਦੇ ਉੱਤੇ। ਅਤੇ ਜਦ ਇਹ ਹੋ ਗਿਆ ਤਾਂ ਤੁਸੀਂ ਕਿਉਂ ਨਹੀਂ ਪਾਰਟੀ 'ਚੋਂ ਕੱਢਿਆ? ਐਨੀਵੇ ਹੁਣ ਉਹਦੇ 'ਚ ਜਦੋਂ 3 ਗਵਾਹ ਜਿਹੜੇ ਨੇ ਮੇਨ ਆਏ ਨੇ ਨਿਕਲ ਕੇ, ਉਹਨਾਂ ਦੀ ਗਵਾਹੀ ਹੁਣ ਠੋਕ ਕੇ ਹੋਣ ਲੱਗੀ ਹੈ। ਅਤੇ ਇਹ ਗਵਾਹ ਜਿਹੜੇ ਨੇ 26 ਸਾਲ ਤੱਕ ਨਾ ਸੀ ਬੀ ਆਈ ਨਾ ਪੁਲਿਸ ਕਿਸੇ ਨੇ, ਇਹ ਗਵਾਹ ਕਹਿੰਦੇ ਰਹੇ ਕਿ ਅਸੀਂ ਸੱਜਣ ਕੁਮਾਰ ਨੂੰ ਦੇਖਿਆ ਨੇ ਕਿ ਕੀਤਾ, ਪਰ ਕਿਸੇ ਨੇ ਗਵਾਹੀ ਨਹੀਂ ਕਰਾਈ ਇਹਨਾਂ ਦੀ ਅੱਜ ਤੱਕ। ਬਿਲਕੁਲ ਤੁਸੀਂ ਹੁਣ ਇਹ ਮਾਮਲਾ ਜਦੋਂ ਆਉਣ ਲੱਗਾ ਉਸ ਲੈਵਲ ਦੇ ਉੱਤੇ, ਤੇ ਜੋ ਇੱਕ ਵਿਵਾਦ ਬਣਿਆ ਜੀ, ਮੈਂ ਉਸ ਨੂੰ ਮੰਦਭਾਗਾ ਮੰਨਦਾ। ਮੈਂ ਵਿਵਾਦ 'ਤੇ ਆਪਾਂ ਦੁਬਾਰਾ ਆਉਣੇ ਆ, ਵਿਵਾਦ 'ਤੇ ਆਉਣ ਤੋਂ ਪਹਿਲਾਂ ਮੈਂ ਪਿਆਰੇ ਦਰਸ਼ਕਾਂ ਨੂੰ ਇਹ ਗੱਲ ਵੀ ਦੱਸਣੀ ਚਾਹੁੰਦਾ ਕਿ ਇਸ ਜਿਹਦੇ ਬਾਰੇ ਸਰਦਾਰ ਜਰਨੈਲ ਸਿੰਘ ਹੋਰੀ ਦੱਸ ਰਹੇ ਨੇ ਕਿ ਇੱਥੇ ਬੜਾ ਹੈਰਾਨੀ ਦੀ ਗੱਲ ਹੈ ਕਿ ਇਸ ਜਿਸ ਕੌਮ ਨੇ ਜਿਸ ਇਨਸਾਫ ਦੀ ਆਸ ਲਾਈ ਹੈ, ਕਿੰਨਾ ਵੱਡਾ ਉਦੋਂ ਮੈਂ ਜ਼ੁਲਮ ਵੀ ਕਹਿ ਸਕਦਾ ਹੋਇਆ ਸੀ, ਉਸ ਤੋਂ ਬਾਅਦ ਕੋਈ ਵੀ ਐੱਫ ਆਈ ਆਰ ਦਰਜ ਨਹੀਂ ਹੋਈ, ਕਿਸੇ ਨੇ ਕੋਈ ਕੇਸ ਵੀ ਨਹੀਂ ਕੀਤਾ, ਹਾਲੇ ਤੱਕ ਵੀ ਸ਼ਾਇਦ ਕਿਸੇ ਵੱਲੋਂ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਇਹ ਸਾਰੇ ਸਿਲਸਿਲੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜਦੋਂ ਜਿਹੜਾ ਕੇਸ ਜਿਹੜੇ ਦਰਜ ਕਰਾਏ, ਉਹਨਾਂ 'ਚ ਇੱਕ ਸ਼ਖਸ ਜਿਹੜਾ ਹੈ ਉਹ ਜਿਹੜਾ ਅੱਜ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੈ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਿਤਾਬ ਜਿਹੜੀ ਹੈ ਉਹ ਲਿਖੀ, ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹਕੂਮਤ ਦਾ ਹੱਥ, ਉਹ ਕਿਤਾਬ ਲਿਖਣ ਵਾਲੇ ਗੁਰਚਰਨ ਸਿੰਘ ਬੱਬਰ ਹੁਣ ਸਾਡੇ ਨਾਲ ਜਿਹੜੇ ਨੇ ਇਸ ਸਟੂਡੀਓ 'ਚ, ਸਾਡੇ ਦੂਸਰੇ ਸਟੂਡੀਓ 'ਚ ਹਾਜ਼ਰ ਨੇ। ਅਸੀਂ ਹੁਣ ਬੱਬਰ ਸਾਹਿਬ ਤੋਂ ਇਹੀ ਸਵਾਲ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਉਹ ਲਗਾਤਾਰ ਉਸ ਇਸ ਪ੍ਰੋਸੈਸ ਨਾਲ ਜੁੜੇ ਹੋਏ ਨੇ। ਜਦੋਂ ਉਹ ਹੋਇਆ ਉਹਨਾਂ ਨੇ, ਜਦੋਂ ਸਰਕਾਰ 'ਤੇ ਦਬਾਅ ਬਣਿਆ, ਐੱਫ ਆਈ ਆਰ ਕੋਈ ਦਰਜ ਨਹੀਂ ਹੋਈ, ਤਾਂ ਜਿਹੜੇ ਐਫੀਡੈਵਿਟ ਦਿੱਤੇ ਗਏ, ਤਕਰੀਬਨ ਮੇਰੇ ਖਿਆਲ 67 ਐਫੀਡੈਵਿਟ ਉਦੋਂ ਦਿੱਤੇ ਗਏ ਸੀ, ਉਹ ਇਹ ਪ੍ਰੋਸੈਸ ਕਿਵੇਂ ਚੱਲਿਆ, ਇਹ ਸਾਰਾ ਉਸ ਸ਼ਖਸ ਦੀ ਜਵਾਨੀ ਆਪਾਂ ਸੁਣਾਂਗੇ। ਗੁਰਚਰਨ ਸਿੰਘ ਬੱਬਰ ਹੋਣਾਂ ਤੋਂ ਮੈਂ ਪੁੱਛਣਾ, ਉਹਨਾਂ ਦਾ ਸਵਾਗਤ ਕਰਦਾ ਸਟੂਡੀਓ ਦੇ ਵਿੱਚ, ਅਤੇ ਨਾਲੇ ਮੈਂ ਬੱਬਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਬੱਬਰ ਸਾਹਿਬ ਤੁਸੀਂ ਕੀ ਸਮਝਦੇ ਹੋ, ਕਿਉਂ ਇੰਨੀ ਦੇਰੀ ਹੋਈ ਇਨਸਾਫ ਦੇ ਵਿੱਚ, ਇਸ ਕੰਮ ਲਈ ਕੌਣ ਜ਼ਿੰਮੇਵਾਰ ਹੈ? ਵਾਲੀਆ ਸਾਹਿਬ, ਜ਼ਿੰਮੇਦਾਰ ਤਾਂ ਸਰਕਾਰ ਹੈ, ਕਾਂਗਰਸ ਪਾਰਟੀ ਹੈ, ਰਾਜੀਵ ਗਾਂਧੀ ਦਾ ਪਰਿਵਾਰ ਹੈ, ਜਿਨ੍ਹਾਂ ਲੋਕਾਂ ਨੇ ਬੜੀ ਪਲੈਨਿੰਗ ਦੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਕਰਵਾਇਆ ਜੀ। ਜ਼ਿੰਮੇਦਾਰ ਤਾਂ ਉਹ ਨੇ ਜਿਨ੍ਹਾਂ ਨੇ ਪੁਲਿਸ ਨੂੰ ਕੋਲੋਂ ਔਰਗਨਾਈਜ਼ ਕਰਾਇਆ ਜੀ। ਹਰ ਥਾਣੇ ਦੇ ਵਿੱਚ, ਹਰ ਏਰੀਏ ਦੇ ਵਿੱਚ DCP, DIG, ਜੁਆਇੰਟ ਕਮਿਸ਼ਨਰ, ਕਮਿਸ਼ਨਰ, ਉਸ ਵਕਤ ਦਾ ਪੁਲਿਸ ਕਮਿਸ਼ਨਰ ਸੁਭਾਸ਼ ਟੰਡਨ, ਚੀਫ ਸੈਕਟਰੀ, ਹੋਮ ਸੈਕਟਰੀ, ਲੈਫਟੀਨੈਂਟ ਗਵਰਨਰ PG ਗਵਈ, ਮਿਸਟਰ ਵਲੀ, ਉਹਨਾਂ ਦੇ ਨਾਲ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਭਗਤ, ਭਜਨ ਲਾਲ, ਅਰੁਣ ਨਹਿਰੂ, ਇਹ ਔਰਗਨਾਈਜ਼ਰ ਸਨ, ਕਮਲਨਾਥ, ਇਹ ਸਾਰੇ ਔਰਗਨਾਈਜ਼ਰ ਸਨ। ਜਦ ਇਤਨਾ ਵੱਡਾ ਕਤਲੇਆਮ ਕਰਵਾਉਣ ਤੋਂ ਬਾਅਦ ਜੀ ਰਾਜੀਵ ਗਾਂਧੀ ਨੇ ਇੱਕ ਬਹੁਤ ਵੱਡੀ ਰੈਲੀ ਦੇ ਵਿੱਚ ਕੁਛ ਦਿਨਾਂ ਬਾਅਦ ਹੀ ਕਿਹਾ, ਉਹਨੂੰ ਜਸਟੀਫਾਈ ਕੀਤਾ, ਜਬ ਬੜਾ ਪੇੜ ਗਿਰਤਾ ਹੈ ਧਰਤੀ ਤੋਂ ਹਿਲਤੀ ਹੈ, ਜਿਹੜੇ ਮਰੇ ਨੇ ਉਹਨਾਂ ਨੇ ਤਾਂ ਮਰਨਾ ਹੀ ਸੀ ਕਿਉਂਕਿ ਧਰਤੀ ਹਿਲ ਗਈ, ਵੱਡਾ ਪੇੜ ਗਿਰ ਗਿਆ। ਇਹ ਕਰਵਾਉਣ ਵਾਲੇ ਤਾਂ ਕਾਂਗਰਸ ਪਾਰਟੀ ਦੇ ਲੋਕ ਸਨ, ਅਤੇ ਜਸਟਿਸ ਕਿੱਥੋਂ ਮਿਲਦਾ? ਲੀਡਰਸ਼ਿਪ ਉਹਨਾਂ ਦਿਨਾਂ ਦੇ ਵਿੱਚ ਸਾਰੀ ਤਮਾਮ ਲੀਡਰਸ਼ਿਪ ਜੇਲ੍ਹਾਂ ਵਿੱਚ ਸੀ। ਇਹ ਗੱਲ ਠੀਕ ਹੈ, ਪਰ ਜਿਹੜੀ ਗੱਲ, ਜਿਹੜਾ ਸਵਾਲ ਮੇਰਾ ਸੀ ਕਿ ਉੱਥੋਂ ਉਦੋਂ FIR ਦਰਜ ਨਹੀਂ ਹੋਈਆਂ ਜੀ, ਅਤੇ ਤੁਸੀਂ ਉਹਨਾਂ ਦਿਨਾਂ 'ਚ, ਜਿਵੇਂ ਤੁਸੀਂ ਆਪਣੀ ਕਿਤਾਬ 'ਚ ਜ਼ਿਕਰ ਕੀਤਾ, ਉਹਨਾਂ ਦਿਨਾਂ ਦੇ ਵਿੱਚ
किस तरीके नाल जो कुछ होया जिन्ना माड़ा मोटा भी होया वो किस तरह किया असी थोड़ी जवानी सुनना चाहते हैं। देखो जी सरकार ने ते किसी थाने दे विच कोई FIR नहीं लिखी गई, रिपोर्ट नहीं लिखी गई, कतलेआम हो रहा सी ते हस्पताल साले ताले लगे सन, थाने सारे बंद सन, किसी ने सुनवाई जद नहीं की थी। ते राजीव गांधी दे दौर दे विच सिखा नू कहा गया कि आप चुप रहिए भैया, जस्टिस रंगनाथ मिश्रा कमीशन बैठा है, कमीशन इंक्वायरी कर रहा है, आपको जस्टिस मिलेगा जी। कमीशन बेचारा चीफ जस्टिस रंगनाथ मिश्रा उस वक्त चीफ जस्टिस नहीं सी, वो जूनियर सी, उन्हें एक रिपोर्ट दिती, रिपोर्ट च कहा कि कांग्रेस का हाथ नहीं था, सिर्फ कांग्रेस नू बचान वास्ते रंगनाथ मिश्रा कमीशन ने एक रिपोर्ट तैयार की थी। तो राजीव गांधी ने उस जूनियर जस्टिस नू चीफ जस्टिस ऑफ इंडिया बना दिता, फिर जब वो रिटायर होया तो उन्हें मानव अधिकार आयोग का चेयरमैन बना दिता। नहीं चलो ये गल्लां तो ठीक ने, मैं जड़ी गल तुहाडा इत्थे मैं आ रहा हां जी। फिर उन्हें मानव अधिकार आयोग तो बाद उन्हें कांग्रेस आई का अपना MP बना दिता राजीव गांधी ने अपनी कांग्रेस पार्टी। इतने रंगनाथ मिश्रा कमीशन ने की किया एक कमेटी होर बना दी, जैन बनर्जी कमेटी जी। वो जैन बनर्जी कमेटी दे विच क्या गया सिखा नू कि तुसी अपने एफीडेविट फाइल करो, जिन्हां दी FIR दाखिल नहीं हुई वो अपनी रिपोर्ट दाखिल करन, असी कार्रवाई करांगे। उस वेले तक कितनी जिहड़ियां FIR दर्ज हो चुकियां सी सर? अज तक किसी थाने दे विच एक भी FIR दाखिल नहीं हुई, एक भी नहीं लिखी गई। इसका मतलब कमेटी दे बन तो बाद ही एफीडेविट गए जी सर? इस तरह कुछ डॉक्टर साहब मैं तुहानू दसना चाहना जी कि किसी थाने दे विच कोई रिपोर्ट नहीं लिखी गई, कोई शिकायत नहीं लिखी गई, एक कमेटियां बैठियां, कमेटियां दे विच एफीडेविट दिते गए, एफीडेविटां दे बेस दे उत्ते कमेटियां ने रिकमेंडेशन की थी। सिर्फ रिकमेंडेशन तीन बंदियां नहीं हुई है, एक भगत दे मामले विच, एक जगदीश टाइटर दे मामले विच, एक सज्जन कुमार दे मामले विच। माफ करना मैं बड़े हलीमी नाल बड़ी निम्रता नाल तुहानू दसना चाहना जी, अज तक किसी भी बंदे ने किसी भी अदालत दे विच कोई भी रिट पटिशन किसी भी पीड़ित दे खिलाफ पीड़ित दे हक दे विच दाखल नहीं की थी। नहीं तो मतलब है कि जिहड़े जिन्ने केस जिहड़े 5000 कतल जिहड़ा होया है जी ओ उसका कोई केस किसी भी ऑर्गेनाइजेशन वालों नहीं किया गया सर? माफ करना, ना दिल्ली गुरुद्वारा कमेटी ना श्रोमणी कमेटी वालों सर? माफ करना मैं बिल्कुल तुहानू ठीक दस रहा, अगर कोई होवे ते तुहाडे चैनल ते आ जावे मुकदमा लेके। कोई वकील ने किसी ने कुछ नहीं किया सर? सिर्फ स्टेट वर्सेस केस होए ने, भगत का केस सी स्टेट वर्सेस CBI भगत जी, सज्जन कुमार का मामला है, सज्जन कुमार एक तरफ दूसरी तरफ CBI, मिस्टर GS चीमा साडे एडवोकेट ने CBI दे जी। इसी तरह टाइटलर दे मामले दे विच CBI वर्सेस फिर की होया कि जब CBI क्लोजर रिपोर्ट करन लगी ते साडे सिख भाईचारे वालों टीम गई दिल्ली सिख गुरुद्वारा प्रबंधक कमेटी ने टीम दा वासे भाई दौड़ की है, मैंने पता लग्या सी, पर मैं नहीं कह सकता कि उन्होंने की है या नहीं की। पर किसी भी मामले दे विच आज तक एक भी ऐसा एडवोकेट नहीं है जेड़ा तुहाडे चैनल ते आके कहे कि मैं फराने सिख सिंह दा जां फराणी विडोज़ दा किसी अदालत दे विच कोई भी मुकदमा लड़िया होवे और फाइल कीता होवे।